ਜਿੰਨਾ ਵੀ ਫਸਲਾਂ ਦਾ ਨੁਕਸਾਨ ਹੋਇਆ ਉਹ ਚ 15000 ਰੁਪਇਆ ਇੱਕ ਏਕੜ ਦਾ ਜਨ ਕੇ 25% ਅਸੀਂ ਵਾਦਾ ਕਰਤਾ ਉਹ ਮਿਲੂਗਾ ਤੇ 33% ਤੋਂ 75% ਤੱਕ ਜਿਹੜਾ ਪਹਿਲਾਂ 5400 ਸੀ ਉਹ ਹੁਣ ਅਸੀਂ ਵਧਾ ਕੇ 25% ਵਧਾ ਕੇ 6850 ਰੁਪਏ ਕਰਤਾ ਤੇ ਜਿਹੜਾ ਪਹਿਲਾਂ 26 ਤੋਂ 33 ਹੁੰਦਾ ਸੀ ਉਹਨੂੰ ਅਸੀਂ 20% ਤੋਂ 33 ਕਰਤਾ ਤਾਂ ਕਿ ਜੇ ਕਿਸੇ ਦਾ ਇੱਕ ਏਕੜ ਚੋਂ ਇੱਕ ਬਿੱਗਾ ਵੀ ਫਸਲ ਦਾ ਨੁਕਸਾਨ ਹੋ ਗਿਆ ਤਾਂ ਉਹਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਪਿਛਲੇ ਦਿਨੀ ਪੰਜਾਬ ਦੇ ਵਿੱਚ ਬਹੁਤ ਭਾਰੀ ਬੇਮੌਸਮੀ ਬਰਸਾਤ ਹੋਈ ਗੜੇਮਾਰੀ ਹੋਈ ਤੇਜ਼ ਹਵਾਵਾਂ ਤੇ ਵਾਬ ਰੋਲੇ ਚੱਲੇ ਉਹਦੇ ਨਾਲ ਖੜੀਆਂ ਹੋਈਆਂ ਫਸਲਾਂ ਦਾ ਨੁਕਸਾਨ ਹੋ ਗਿਆ ਖਾਸ ਤੌਰ ਤੇ ਕਣਕਾਂ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਟਹਿ ਗਈਆਂ ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ ਹਰੇ ਚਾਰੇ ਦਾ ਨੁਕਸਾਨ ਹੋ ਗਿਆ ਸੋ ਕੁਦਰਤੀ ਆਫਤਾਂ ਦਾ ਜਿਹੜਾ ਪ੍ਰਬੰਧਨ ਹੁੰਦਾ ਉਦੇ ਉਹਦੇ ਉਹਦੇ ਵਿੱਚ ਬਹੁਤ ਸਾਰਾ ਪੈਸਾ ਹੁੰਦਾ ਸਰਕਾਰਾਂ ਕੋਲੇ ਸੋ ਫੰਡਾਂ ਦੀ ਕੋਈ ਕਮੀ ਨਹੀਂ ਹੁੰਦੀ ਮੈਂ ਆਪਣੇ ਸਾਰੇ ਅਫਸਰਾਂ ਦੀ ਹੰਗਾਮੀ ਮੀਟਿੰਗ ਬੁਲਾਈ ਤੇ ਮੈਂ ਉਹਨਾਂ ਤੋਂ ਪੁੱਛਿਆ ਕਿ ਪੁਰਾਣੇ ਤਰੀਕੇ ਕਿਹੜੇ ਨੇ ਜਿਹੜੇ ਮੁਆਫੀਜਾ ਦੇਣ ਦੇ ਉਹ ਮੈਂ ਦੇਖੇ ਅਸੀਂ ਉਹ ਸਾਰੇ ਬਦਲਦੇ ਸਭ ਤੋਂ ਪਹਿਲਾਂ ਤਾਂ ਜਿਹੜੇ ਪੁਰਾਣੇ ਤਰੀਕੇ ਮੁਤਾਬਕ ਵੱਧ ਤੋਂ ਵੱਧ ਨੁਕਸਾਨ ਦਾ 12000 ਰੁਪਏ ਦਿੱਤਾ ਜਾਂਦਾ ਸੀ 75% ਤੋਂ ਸੋ 80% ਤੱਕ ਦਾ 12000 ਰੁਪਇਆ ਦਿੱਤਾ ਨਹੀਂ ਜਾਂਦਾ ਸੀ ਐਲਾਨ ਕੀਤਾ ਜਾਂਦਾ ਸੀ ਮਿਲਦਾ ਨਹੀਂ ਸੀ ਕਈ ਵਾਰੀ ਤਾਂ ਜ਼ਖਮਾਂ ਤੇ ਨਮਕ ਛਿੜਕਿਆ ਜਾਂਦਾ ਸੀ 54 54 ਰੁਪਇਆ ਦਾ ਚੈੱਕ ਵੀ ਆ ਜਾਂਦੇ ਸੀ 111 ਰੁਪਇਆ ਦਾ ਚੈੱਕ ਵੀ ਆ ਜਾਂਦਾ ਸੀ 124 ਰੁਪਇਆ ਦਾ ਚੈੱਕ ਵੀ ਆ ਜਾਂਦਾ ਸੀ ਉਹ ਵੀ ਪਤਾ ਨਹੀਂ ਕਿੰਨੇ ਚਿਰ ਬਾਅਦ ਤੱਕੇ ਖਾ ਕੇ ਸੋ ਅਸੀਂ ਐਲਾਨ ਕੀਤਾ ਹੈ 75% ਤੋਂ 100% ਦੇ ਵਿੱਚ ਜਿੰਨਾ ਵੀ ਫਸਲਾਂ ਦਾ ਨੁਕਸਾਨ ਹੋਇਆ ਹੈ ਉਹ ਚ 15000 ਰੁਪਇਆ ਇੱਕ ਏਕੜ ਦਾ ਜਨਨ ਕਿ 25% ਅਸੀਂ ਵਾਦਾ ਕਰਤਾ ਉਹ ਮਿਲੂਗਾ ਤੇ 33% ਤੋਂ 75% ਤੱਕ ਜਿਹੜਾ ਪਹਿਲਾਂ 5400 ਸੀ ਉਹ ਹੁਣ ਅਸੀਂ ਵਧਾ ਕੇ 25% ਵਧਾ ਕੇ 6850 ਰੁਪਏ ਕਰਤਾ ਤੇ ਜਿਹੜਾ ਪਹਿਲਾਂ 26 ਤੋਂ 33 ਹੁੰਦਾ ਸੀ ਉਹਨੂੰ ਅਸੀਂ 20% ਤੋਂ 33 ਕਰਤਾ ਤਾਂ ਕਿ ਜੇ ਕਿਸੇ ਦਾ 1 ਏਕੜ ਚੋਂ 1 ਬਿੱਗਾ ਵੀ ਫਸਲ ਦਾ ਨੁਕਸਾਨ ਹੋ ਗਿਆ ਤਾਂ ਉਹਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਔਰ ਮੁਆਵਜ਼ਾ ਕਿਵੇਂ ਮਿਲੂਗਾ ਕਿਹਨੂੰ ਮਿਲੂਗਾ ਇਹਦੇ ਤਰੀਕੇ ਵੀ ਅਸੀਂ ਪਾਰਦਰਸ਼ੀ ਕਰਨ ਲੱਗੇ ਅਸੀਂ ਪ੍ਰਸ਼ਾਸਨ ਨੂੰ ਹੁਕਮ ਦਿੰਦਾ ਸਾਰੇ ਡੀਸੀਜ਼ ਨੂੰ ਹੁਕਮ ਦਿੰਦਾ ਕਿ ਜਦੋਂ ਵੀ ਗਰਦੌਰੀ ਕਰਨੀ ਹੈ ਔਰ ਗਰਦੌਰੀ ਇੱਕ ਹਫ਼ਤੇ ਦੇ ਵਿੱਚ ਵਿੱਚ ਕਰਨੀ ਹੈ ਸਪੈਸ਼ਲ ਗਰਦੌਰੀ ਦੇ ਹੁਕਮ ਦਿੱਤੇ ਨੇ ਉਹ ਗਰਦੌਰੀ ਜਿਹੜੀ ਹੈ ਕੋਈ ਪਟਵਾਰੀ ਜਾਂ ਕੋਈ ਐਸਡੀਐਮ ਜਾਂ ਤਹਿਸੀਲਦਾਰ ਜਾਂ ਕੋਈ ਹੋਰ ਅਫਸਰ ਗਰਦੌਰੀ ਕਰਨ ਜਦੋਂ ਜਾਊਗਾ ਉਹ ਕਿਸੇ ਖਾਸ ਬੰਦੇ ਦੇ ਘਰ ਚ ਬਹਿ ਕੇ ਗਰਦੌਰੀ ਨਹੀਂ ਕਰ ਸਕਦਾ ਉਹ ਅਨਾਉਂਸਮੈਂਟ ਹੋਊਗੀ ਗੁਰਦੁਆਰਾ ਸਾਹਿਬ ਚ ਸਾਰਾ ਪਿੰਡ ਆਪਣੇ ਆਪਣੇ ਖੇਤ ਦਿਖਾ ਦੇ ਕਿ ਇੱਥੇ ਇੱਥੇ ਨੁਕਸਾਨ ਹੋਇਆ ਉਹੀ ਲਿਖਿਆ ਜਾਵੇ ਤੇ ਸ਼ਾਮ ਨੂੰ ਜੋ ਜੋ ਗਰਦੌਰੀ ਦੇ ਵਿੱਚ ਲਿਖਿਆ ਹੋਇਆ ਉਹ ਸਾਰਾ ਪੜ੍ਹ ਕੇ ਸੁਣਾਇਆ ਜਾਵੇ ਤੇ ਥੱਲੇ ਲੋਕਾਂ ਦੇ ਸਾਈਨ ਕਰਾਏ ਜਾਣ ਮੋਤਵਾਰ ਲੋਕਾਂ ਦੇ ਉਸ ਪਿੰਡ ਦੇ ਤੇ ਉਸ ਤੋਂ ਕੁਝ ਦਿਨਾਂ ਬਾਅਦ ਅਸੀਂ ਪੈਸੇ ਜਿਹੜੇ ਨੇ ਉਹ ਖਾਤੇ ਦੇ ਵਿੱਚ ਪਾ